ਜੇਕਰ ਤੁਸੀਂ ਆਪਣਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਪਰਮਾਨੈਂਟ ਰੈਜ਼ੀਡੈਂਸੀ ਡਿਪੈਂਡੈਂਟ ਵੀਜ਼ਾ ਪਾਰਟਨਰ ਵੀਜ਼ਾ ਵਰਕ ਪਰਮਿਟ ਪੀਆਰ ਟੀਆਰ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਬਟ ਰਿਫਿਊਜ਼ਲ ਤੋਂ ਡਰ ਲੱਗਦਾ ਔਰ ਏਜੰਟਾਂ ਦੀਆਂ ਗੱਲਾਂ ਤੋਂ ਡਰ ਲੱਗਦਾ ਕਿ ਇੰਡੀਆ ਨੂੰ ਅਸੈਸਮੈਂਟ ਲੈਵਲ 3 ਚ ਪਾਤਾ ਤੁਹਾਡੇ ਕੋਲ ਮੌਕਾ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਮਾਈਗ੍ਰੇਸ਼ਨ ਏਜੰਟ ਸੁਮਿਤ ਖੰਨਾ ਨੂੰ ਮਿਲਣ ਦਾ ਜੀ ਹਾਂ 17 ਨਵੰਬਰ ਤੋਂ 22 ਨਵੰਬਰ ਤੱਕ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ 'ਚ ਸੈਮੀਨਾਰਸ ਦੇ ਦੌਰਾਨ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਮਾਈਗ੍ਰੇਸ਼ਨ ਏਜੰਟ ਸੁਮਿਤ ਖੰਨਾ ਨੂੰ ਮਿਲੋ ਮੌਕੇ ਤੇ ਆਪਣੀ ਫਾਈਲ ਅਸੈਸ ਕਰਾਓ ਔਰ ਉਸੇ ਵੇਲੇ ਡਿਸਾਈਡ ਕਰੋ ਕਿ ਕੀ ਤੁਹਾਡਾ ਵੀਜ਼ਾ ਅਪਲਾਈ ਹੋਣਾ ਚਾਹੀਦਾ ਕੀ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਸ ਚੰਗੇ ਨੇ ਔਰ ਜੇ ਤੁਹਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਆਪਣਾ ਵੀਜ਼ਾ ਅਪਲਾਈ ਕਰੋ ਔਰ ਸਾਰੇ ਪੈਸੇ ਦਿਓ ਵੀਜ਼ਾ ਲੱਗਣ ਤੋਂ ਬਾਅਦ।